ਜਿਸ ਤਰੀਕੇ ਦਹਿਸ਼ਤ ਵਾਲਾ ਮਾਹੌਲ ਸਰਕਾਰ ਵੱਲੋਂ ਬਣਾਇਆ ਗਿਆ ਸੀ ਤਾਂ ਪੰਜਾਬ ਅੱਜ ਵੱਧ ਚੜ੍ਹ ਕੇ ਹੋਰ ਵੀ ਵੱਡਾ ਜਿਹੜਾ ਇਕੱਠ ਕਿਸਾਨਾਂ ਦਾ ਇੱਥੇ ਸ਼ੰਭੂ ਬੈਰੀਅਰ 'ਤੇ ਪਹੁੰਚ ਗਿਆ। ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਧਮਾਕੇ ਸ਼ੁਰੂ ਹੋ ਗਏ ਆ, ਤੁਸੀਂ ਧਮਾਕੇ ਦੀ ਆਵਾਜ਼ ਸੁਣ ਪਾ ਰਹੇ ਹੋਵੋਗੇ। ਸ਼ਾਂਤ ਖੜੇ ਲੋਕਾਂ ਦੇ ਉੱਪਰ ਵੀ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਸਪਰੇਅ ਕਿਸਾਨਾਂ ਵੱਲੋਂ ਵਾਪਸੀ ਦੇ ਵਿੱਚ ਉਹਨਾਂ ਤੇ ਯੂਜ਼ ਕੀਤੀ ਜਾ ਰਹੀ। ਕੱਲ੍ਹ ਜਿਹੜੇ ਪੈਂਤੜੇ ਦੇਖੇ ਸੀਗੇ ਪੁਲਿਸ ਵੱਲੋਂ ਜਿਸ ਤਰੀਕੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ, ਤਾਂ ਕਿਸਾਨਾਂ ਨੇ ਵੀ ਅੱਜ ਪੈਪ ਰਾਹੀਂ ਪਾਣੀ ਜਦੋਂ ਗੋਲਾ ਡਿੱਗਦਾ ਤਾਂ ਪਾਣੀ ਸੁੱਟ ਕੇ ਉਸ ਹਵਾ ਨੂੰ ਉਸ ਗੈਸ ਨੂੰ ਕੰਟਰੋਲ ਕੀਤਾ ਜਾ ਰਿਹਾ ਤਾਂ ਕਿ ਉਹਦਾ ਨੁਕਸਾਨ ਜ਼ਿਆਦਾ ਨਾ ਹੋਵੇ। 60-65% ਜਿਹੜਾ ਦਰਿਆ ਜਿੰਨੀਆਂ ਰੋਕਾਂ ਸੀ ਜਿੰਨੀਆਂ ਲੇਅਰ ਸੀਗੀਆਂ ਤੋੜ ਦਿੱਤੀਆਂ ਗਈਆਂ ਕਿਸਾਨਾਂ ਵੱਲੋਂ। ਸੋ ਬਹੁਤ ਜ਼ਿਆਦਾ ਇਕੱਠ ਹੈ, ਤੁਸੀਂ ਦੇਖਿਆ ਕਿ ਇੱਕ ਵਾਰੀ ਫਿਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸਰਕਾਰ ਨੇ ਸ਼ੁਰੂ ਕਰ ਦਿੱਤੇ ਨੇ ਘੱਗਰ ਦਰਿਆ ਦੇ ਕਾਫੀ ਅੱਗੇ ਤੱਕ। ਧਮਾਕਾ ਦੇਖੋ, ਕੱਲ੍ਹ ਜਿਸ ਤਰੀਕੇ ਦਹਿਸ਼ਤ ਵਾਲਾ ਮਾਹੌਲ ਸਰਕਾਰ ਵੱਲੋਂ ਬਣਾਇਆ ਗਿਆ ਸੀ ਤਾਂ ਪੰਜਾਬ ਅੱਜ ਵੱਧ ਚੜ੍ਹ ਕੇ ਹੋਰ ਵੀ ਵੱਡਾ ਜਿਹੜਾ ਇਕੱਠ ਕਿਸਾਨਾਂ ਦਾ ਇੱਥੇ ਸ਼ੰਭੂ ਬੈਰੀਅਰ 'ਤੇ ਪਹੁੰਚ ਗਿਆ। ਜਿਹੜਾ ਪੋਲਿਸੀ ਕਾਫੀ ਹੱਦ ਤੱਕ ਸਾਰ ਕਰ ਲਿਆ ਗਿਆ, ਪਤੰਗ ਚੜ੍ਹਾਏ ਜਾ ਰਹੇ ਨੇ ਪਤੰਗਾਂ ਦੇ ਡਰੋਂ ਡਰੋਨ ਤਾਂ ਨਹੀਂ ਅੱਗੇ ਭੇਜਿਆ ਜਾ ਰਿਹਾ, ਪਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਧਮਾਕੇ ਸ਼ੁਰੂ ਹੋ ਗਏ ਆ। ਤੁਸੀਂ ਧਮਾਕੇ ਦੀ ਆਵਾਜ਼ ਸੁਣ ਪਾ ਰਹੇ ਹੋਵੋਗੇ ਕਿ ਸੰਗਤਾਂ ਦੇ ਉੱਪਰ, ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਨੇ। ਹੁਣ ਬਿਲਕੁਲ ਲੋਕ ਸ਼ਾਂਤ ਖੜ੍ਹੇ ਸੀਗੇ, ਆਪਣੇ ਲੀਡਰ ਦਾ ਭਾਸ਼ਣ ਸੁਣ ਰਹੇ ਸੀਗੇ, ਤਾਂ ਸ਼ਾਂਤ ਖੜ੍ਹੇ ਲੋਕਾਂ ਦੇ ਉੱਪਰ ਵੀ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਕੀ ਸਟੇਜ ਤੋਂ ਵੀ ਇਹੀ ਗੱਲ ਨੂੰ ਹਾਈਲਾਈਟ ਕੀਤਾ ਜਾ ਰਿਹਾ ਕਿ ਕਿਸਾਨਾਂ ਵੱਲੋਂ ਫਿਲਹਾਲ ਕੋਈ ਭੜਕਾਹਟ ਨਹੀਂ ਹੈ, ਨਾ ਹੀ ਬੈਰੀਅਰ ਵੱਲ ਨੂੰ ਵਧਿਆ ਜਾ ਰਿਹਾ ਹੈ। ਕਿਸਾਨ ਲੀਡਰ ਸੰਬੋਧਨ ਕਰ ਰਹੇ ਸੀਗੇ ਲੋਕਾਂ ਨੂੰ, ਤਾਂ ਚੱਲਦੇ ਹੋਏ ਸੰਬੋਧਨ ਦੇ ਵਿੱਚ ਵੀ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਦੂਸਰਾ ਦਿਨ ਸ਼ੁਰੂ ਹੋ ਚੁੱਕਾ ਹੈ ਜਦੋਂ ਜਦ ਚੱਲਦੀ ਹੋਈ ਨੂੰ ਘੱਗਰ ਦਰਿਆ ਨੂੰ ਪਾਰ ਕਰਨ ਦੇ ਲਈ ਕਰੀਬ 60-65% ਜਿਹੜਾ ਦਰਿਆ ਜਿੰਨੀਆਂ ਰੋਕਾਂ ਸੀ ਜਿੰਨੀਆਂ ਲੇਅਰ ਸੀਗੀਆਂ ਤੋੜ ਦਿੱਤੀਆਂ ਗਈਆਂ ਕਿਸਾਨਾਂ ਵੱਲੋਂ, ਤਾਂ ਅੱਜ ਅੱਗੇ ਵਧਣ ਤੋਂ ਪਹਿਲਾਂ ਆਪਣੇ ਲੀਡਰਾਂ ਦੀ ਗੱਲ ਸੁਣੀ ਜਾ ਰਹੀ ਸੀਗੀ। ਦਰਮਿਆਨ ਉਸਦੇ ਸ਼ਾਂਤਮਈ ਕਿਸਾਨਾਂ ਉੱਪਰ ਵੀ ਅੱਥਰੂ ਗੈਸ ਦੇ ਗੋਲੇ ਸੁੱਟਣੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ। ਅੱਜ ਸੰਗਤ ਇੰਨੀ ਵੱਡੀ ਗਿਣਤੀ ਦੇ ਵਿੱਚ ਹੈ, ਕਿਸਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨੇ, ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਸਪਰੇਅ ਕਿਸਾਨਾਂ ਵੱਲੋਂ ਵਾਪਸੀ ਦੇ ਵਿੱਚ ਉਹਨਾਂ 'ਤੇ ਯੂਜ਼ ਕੀਤੀ ਜਾ ਰਹੀ। ਸੋ ਬਿਲਕੁਲ ਕੱਲ੍ਹ ਜਿਹੜੇ ਪੈਂਤੜੇ ਦੇਖੇ ਸੀਗੇ ਪੁਲਿਸ ਵੱਲੋਂ ਜਿਸ ਤਰੀਕੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ, ਤਾਂ ਕਿਸਾਨਾਂ ਨੇ ਵੀ ਅੱਜ ਪੈਪ ਰਾਹੀਂ ਪਾਣੀ ਜਦੋਂ ਗੋਲਾ ਡਿੱਗਦਾ ਤਾਂ ਪਾਣੀ ਸੁੱਟ ਕੇ ਉਸ ਹਵਾ ਨੂੰ ਉਸ ਗੈਸ ਨੂੰ ਕੰਟਰੋਲ ਕੀਤਾ ਜਾ ਰਿਹਾ ਤਾਂ ਕਿ ਉਹਦਾ ਨੁਕਸਾਨ ਜ਼ਿਆਦਾ ਨਾ ਹੋਵੇ। ਜਦੋਂ ਇੰਨੀ ਦਹਿਸ਼ਤ ਦਾ ਮਾਹੌਲ ਹੋਵੇ, ਜਦੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹੋਣ, ਜਦੋਂ ਇੰਨਾ ਤਕੜਾ ਅਟੈਕ ਹੋਵੇ, ਤਾਂ ਡਿਫੈਂਸ ਦੇ ਵਿੱਚ ਪਤੰਗ ਚੜ੍ਹਾਏ ਜਾ ਰਹੇ ਨੇ, ਇਸ ਇੱਕ ਸਿੰਬਲ ਹੈ,
ਇੱਕ ਪ੍ਰਤੀਬਿੰਬ ਹੈ ਆਪਣਾ ਰੋਸ ਜ਼ਾਹਰ ਕਰਨ ਦਾ, ਇੱਕ ਪ੍ਰਤੀਬਿੰਬ ਹੈ ਆਪਣਾ ਰੋਸ ਜ਼ਾਹਰ ਕਰਨ ਦਾ। ਸਾਹਮਣੇ ਉੱਥੋਂ ਗੈਸ ਦੇ ਗੋਲੇ ਆ ਰਹੇ ਤਾਂ ਆਪਣੇ ਵਾਲੇ ਪਤੰਗ ਕਿਸਾਨਾਂ ਦੀ ਸਹਿਮਤੀ ਮੰਗੀ ਜਾ ਰਹੀ ਹੈ ਸਟੇਜ ਤੋਂ। ਦੇਖੋ ਪੂਰੀ ਸੰਗਤ ਨੇ ਹੱਥ ਖੜਾ ਕਰਕੇ ਕਿਸਾਨਾਂ ਨਾਲ ਸਹਿਮਤੀ ਜਤਾਈ ਹੈ ਕਿ ਅਸੀਂ ਦਿੱਲੀ ਜਾਣਾ ਹੈ। ਤਾਂ ਜਿੱਦਾਂ ਹੀ ਸਹਿਮਤੀ ਬਣੀ ਸਾਹਮਣੇ ਪਾਸੇ ਹੋਰ ਅਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਜਾ ਰਹੀ ਹੈ, ਅੱਗੇ ਨਹੀਂ ਜਾ ਰਹੀ, ਉਹ ਪਰ ਇੱਕ ਪਿੱਛਾ ਕਾਟਿਆ ਨਹੀਂ ਜਾ ਰਹੀ।